ਹਾਂਜੀ ਭਾਈ ਜੀ, ਆਪਾਂ ਵੀ ਆ ਗਏ ਕਰਾਸ਼ੀਆ ਅਤੇ ਆਹ ਭਰਾ ਆਪਾਂ ਨੂੰ ਲੈਣ ਆ ਗਏ ਸੀਗੇ ਸਾਡੇ, ਅਤੇ ਆਪਾਂ ਅੱਜ ਤੁਹਾਨੂੰ ਦਿਖਾਉਣੀ ਆ ਵੀ ਟਿਕਟ ਕਿਵੇਂ ਬੁੱਕ ਹੁੰਦੀ ਆ ਜੇ ਕਿਸੇ ਨੇ ਇਟਲੀ ਜਾਣਾ ਇੱਥੋਂ, ਕਰਾਸ਼ੀਆ ਤੋਂ ਜਾਂ ਕਿਤੇ ਹੋਰ ਜਾਣਾ ਵਾ, ਬੁਲੈਕਸ ਬੱਸ ਦੀ ਦੱਸਦਿਆਂ ਵੀ ਕਿੱਦਾਂ ਟਿਕਟ ਬੁੱਕ ਹੁੰਦੀ ਆ। ਆਹ ਦੇਖੋ ਆਹ ਅੱਡਾ ਆ ਗਿਆ, ਆਹ ਬੱਸ ਅੱਡਾ ਆ ਗਿਆ ਸਾਹਮਣੇ, ਮੇਨ ਬੱਸ ਅੱਡਾ ਹੀ ਆ ਆਹ ਸਾਰਾ। ਇੱਧਰੋਂ ਜਾ ਕੇ ਟਿਕਟ ਬੁੱਕ ਕਰਾਉਣੀ ਆ, ਤੋਂ ਜੈਗਰੇ ਪਾਉਣਾ ਪੈਣਾ ਜਾਣੀ ਤੁਹਾਨੂੰ, ਜੈਗਰੇਬ ਤੋਂ ਚੱਲਦੀਆਂ ਨੇ ਬੱਸਾਂ ਸਾਰੇ ਕਿਤੇ ਨੂੰ। ਆਹ ਦੇਖੋ ਸਾਹਮਣੇ ਆ ਗਿਆ ਬੱਸ ਅੱਡਾ, ਏਅਰਪੋਰਟ ਵਾਂਗੂ ਹੀ ਆ ਬਾਈ ਬੱਸ ਅੱਡਾ ਵੀ ਹੁੰਦਾ ਘੈਂਟ। ਦੇਖੋ ਜੀ ਇਹ ਜਗਰੇਬ ਦਾ ਬੱਸ ਸਟੈਂਡ ਆ, ਆਟੋ ਬੱਸ ਨਹੀਂ ਬੱਸ ਸਟੈਂਡ ਕਹਿੰਦੇ ਆ ਇਹਨੂੰ, ਇੱਥੋਂ ਮੇਨ ਟਿਕਟਾਂ ਕਿਤੇ ਵੀ ਆਪਾਂ ਜਾ ਸਕਦੇ ਹਾਂ। ਆਪਾਂ ਜੀ ਟਿਕਟ ਲੈਣ ਲੱਗੇ ਨੇ ਹੰਗਰੀ ਦਾ ਬੱਸ ਸਟੈਂਡ। ਹਾਂਜੀ ਬਾਈ, ਆਹ ਦੇਖੋ ਆਪਾਂ ਟਿਕਟ ਲੈ ਲਈ ਜੈਗਰੇਬ ਤੋਂ ਬੁੱਧਾਪੇਸਟ ਦੀ, ਇਹ ਆਈ ਆਪਾਂ ਨੂੰ 27 ਯੂਰੋ ਦੀ ਟਿਕਟ ਮਿਲੀ ਆ, 27 ਯੂਰੋ ਦੀ। ਅਤੇ ਜਾਣੀ ਉਹਨਾਂ ਨੇ ਕੁਛ ਨਹੀਂ ਪੁੱਛਿਆ, ਨਾ ਕੋਈ ਆਈ ਡੀ ਮੰਗੀ ਆ, ਸਿਰਫ ਨਾਮ ਦੇਖਿਆ ਉਹਨਾਂ ਨੇ ਪਾਸਪੋਰਟ 'ਤੇ ਵੀ ਨਾਮ ਜਿਹੜਾ ਅਤੇ ਟਿਕਟ 'ਤੇ ਪਾਉਣਾ। ਦੇਖੋ ਜਿਵੇਂ ਹੁਣ ਮੇਰਾ ਪਰਮਜੀਤ ਸਿੰਘ ਆ ਨੇਮ, ਉਹਨਾਂ ਨੇ ਸਿਰਫ ਨਾਮ ਦੇਖਿਆ, ਕੋਈ ਆਈ ਡੀ ਨਹੀਂ ਮੰਗਦੇ, ਟੀ ਆਰ ਸੀ ਵੀ ਨਹੀਂ ਮੰਗੀ ਮੇਰੇ ਤੋਂ, ਨਾ ਵੀਜ਼ਾ ਦੇਖਿਆ ਵਾ। ਇਸ ਲਈ ਜੇ ਤੁਸੀਂ ਕਿਤੇ ਵੀ ਜਾਣਾ, ਇਟਲੀ ਜਾਂ ਹੋਰ ਕਿਤੇ ਸਲੋਵਾਕੀਆ ਹੰਗਰੀ ਕਿਤੇ ਵੀ ਜਾਣਾ, ਤਾਂ ਇੱਥੇ ਆ ਕੇ ਆ ਦੇਖੋ ਆਹ ਲੱਗੇ ਹੋਏ ਨੇ ਕਾਊਂਟਰ, ਇੱਥੋਂ ਆ ਕੇ ਕਿਤੇ ਦੀ ਵੀ ਟਿਕਟ ਤੁਸੀਂ ਲੈ ਸਕਦੇ ਹੋ ਅਤੇ ਅੱਗੇ ਜਾ ਸਕਦੇ ਹੋ। ਬਸ ਜਦੋਂ ਬੱਸ 'ਚ ਬਹਿਣਾ ਆਪਾਂ, ਟਿਕਟ ਦਿਖਾ ਕੇ ਉਹਨਾਂ ਨੇ ਸਕੈਨ ਕਰ ਲੈਣਾ ਆਪਣਾ ਕੋਡ ਜਿਹਾ, ਅਤੇ ਆਪਾਂ ਨੂੰ ਬਿਠਾ ਦੇਣਾ ਫਲੈਕਸ ਬੱਸ 'ਚ, ਅਤੇ ਉਦੋਂ ਬਾਅਦ ਆਪਾਂ ਅੱਗੇ ਕਿਤੇ ਵੀ ਜਾ ਸਕਦੇ ਹਾਂ। ਹਾਂ, ਰਸਤੇ 'ਚ ਹੋ ਸਕਦਾ ਵੀ ਤੁਹਾਡੀ ਚੈਕਿੰਗ ਹੋਵੇ, ਇਸ ਲਈ ਟੀ ਆਰ ਸੀ ਕੋਡ ਰੱਖੋ, ਪਾਸਪੋਰਟ ਅਤੇ ਵੀਜ਼ਾ ਤਾਂ ਹੁੰਦਾ ਹੀ ਆ, ਉਹ ਆਪਦੇ ਕੋਲ ਰੱਖੋ। ਜਾਣੀ ਟੀ ਆਰ ਸੀ ਚਾਹੇ ਤੁਹਾਡੀ 1 ਸਾਲ ਪੁਰਾਣੀ ਆ, ਚਾਹੇ 2 ਸਾਲ 1.5 ਸਾਲ ਪੁਰਾਣੀ ਆ, ਤੁਸੀਂ ਜਾ ਸਕਦੇ ਹੋ। ਹੁਣ ਕਰਸ਼ੀਆ ਤੋਂ ਅੱਗੇ ਕਿਤੇ ਵੀ ਜਾ ਸਕਦੇ ਹੋ, ਕੋਈ ਰੋਕ ਟੋਕ ਨਹੀਂ ਗੀ। ਮੈਂ ਉੱਧਰੋਂ ਵੀ ਆਇਆ, ਮੈਨੂੰ ਕੋਈ ਰੋਕ ਟੋਕ ਨਹੀਂ ਹੋਈ, ਅਤੇ ਹੁਣ ਮੈਂ ਵਾਪਸ ਵੀ ਚੱਲਿਆ। ਉਦੋਂ ਬਾਅਦ ਆ ਦੇਖੋ ਬਾਈ, ਜਿਹੜਾ ਆਪਾਂ ਟਿਕਟ ਲੈਣੀ ਆ ਉਹ 'ਤੇ ਨੰਬਰ ਲਿਖਿਆ ਉਹ ਵੀ ਕਿੰਨੇ ਨੰਬਰ 'ਤੇ ਲੱਗਣੀਆਂ, 204 306। ਉੱਧਰ ਦੇਖੋ ਆਹ ਜਿਵੇਂ ਲਿਖਿਆ ਹੋਇਆ 204, ਆਪਣੀ 201 'ਤੇ ਆਉਣੀ ਆ ਬੁੱਧਾਪੇਸਟ ਵਾਲੀ, ਅਤੇ ਉਹ ਆ ਥੱਲੇ ਜਾਣਾ ਪੈਣਾ ਆਪਾਂ ਨੂੰ, ਥੱਲੇ ਜਾ ਕੇ ਲੱਗੀਆਂ ਹੋਈਆਂ ਨੇ ਫਲੈਕਸ ਬੱਸਾਂ, ਜਾਣੀ ਥੱਲਿਓਂ ਆਪਾਂ ਨੂੰ ਮਿਲੂਗੀ ਟਿਕਟ। ਤਾਂ ਦੇਖੋ ਬਾਹਰ ਜਿਹਾ ਖੋਲ੍ਹ ਕੇ, ਹਾਂ ਦੇਖੋ ਆਹ 204 ਆ, 201 'ਤੇ ਆਉਣੀ ਆ ਆਪਣੀ ਬੱਸ, 201 ਨੰਬਰ 'ਤੇ ਉਹ ਦੇਖੋ ਲੱਗੀਆਂ ਖੜੀਆਂ ਨੇ, ਉਹ ਆਉਂਦੀ ਇੱਕ ਫਲੈਕਸ ਬੱਸ ਵੀ ਖੜੀ ਆ, ਦੇਖੋ ਆਹ ਬੱਸ ਲੱਗੀ ਖੜੀ ਆ, ਇਹ ਕਿਤੇ ਹੋਰ ਨੂੰ ਚੱਲੀ ਹੋਊ ਇਟਲੀ ਨੂੰ, ਆਪਣੀ ਉਹ ਨੰਬਰ 'ਤੇ ਆਉਣੀ ਆ, ਜਾਣੀ 201 ਨੰਬਰ 'ਤੇ ਆਉਣੀ ਆ। ਹਾਂ ਦੇਖੋ ਆਹ 201 ਨੰਬਰ 'ਤੇ ਆ ਜਾਣੀ ਆ। ਹਾਂਜੀ, ਅਤੇ ਬੱਸ ਇੰਨਾ ਕੁ ਜਾਣੀ ਕੰਮ ਆ, ਟਿਕਟ ਲੈ ਕੇ ਆਪਾਂ 201 ਨੰਬਰ 'ਤੇ ਖੜ੍ਹ ਜਾਣਾ ਜਿੰਨੇ ਵਜੇ ਦੀ ਬੱਸ ਆ ਆਪਣੀ, ਉਦੋਂ ਬਾਅਦ ਫੜ ਕੇ ਸਿੱਧਾ, ਰਾਹ 'ਚ ਰੁਕਦੀਆਂ ਨਹੀਂ ਇਹ ਕਿਤੇ, ਜਾਣੀ ਉੱਥੇ ਹੀ ਜਾ ਕੇ ਰੁਕੂ, ਰਾਹ 'ਚ ਬੋਰਡਰ 'ਤੇ ਸ਼ਾਇਦ ਹੀ ਕਿਤੇ ਰੁਕੇ, ਜਾਣੀ ਆਉਂਦੇ ਹੋਏ ਮੇਰੀ ਬੱਸ ਤਾਂ ਕਿਤੇ ਨਹੀਂ ਰੁਕੀ ਸੀਗੀ। ਠੀਕ ਆ ਜੀ, ਇੰਨੀ ਕੁ ਜਾਣਕਾਰੀ ਸ਼ੇਅਰ ਕਰਨੀ ਸੀ, ਅਤੇ ਵੀਡੀਓ ਲਾਈਕ ਸ਼ੇਅਰ ਦੱਬ ਦਿਓ, ਅਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ। ਓਕੇ ਜੀ, ਧੰਨਵਾਦ ਸਾਰਿਆਂ ਨੂੰ।